ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੋਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵੀਅਰਸ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗਾ। ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਸਕਰੀਨ ਦੇ ਉੱਪਰ ਇੱਕ ਨੰਬਰ ਦਿਖਾਈ ਦੇ ਰਿਹਾ, ਉਹ ਆਪਣਾ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਹੈ ਸਕਰੀਨਸ਼ਾਟ ਲੈਣਾ, ਇਸ ਨੰਬਰ 'ਤੇ ਵਟਸਐਪ ਕਰਨਾ। ਉਸ ਤੋਂ ਬਾਅਦ ਆਪਣੀ ਔਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਫ੍ਰੀ ਹੋਊਗੀ। ਅਤੇ ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ, ਇਹ ਉਹ 'ਚ ਕੱਢ ਲੂੰਗੀ। ਸਤਿ ਸ਼੍ਰੀ ਅਕਾਲ। ਤਾਂ ਹਾਂਜੀ, ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ, ਹਰੇਕ ਸੂਟ ਰਹੂਗਾ 1250 ਦੀ ਰੇਂਜ ਦਾ, ਕਿਉਂਕਿ 150 ਰੁਪਏ ਦਾ ਆਪਾਂ ਤੁਹਾਨੂੰ ਦੇ ਰਹੇ ਹਾਂ ਡਿਸਕਾਊਂਟ। ਅਤੇ ਕੋਈ ਵੀ ਸੂਟ ਲਓਗੇ 1250 ਦਾ, ਦੋ ਸੂਟ ਚੁੱਕੋਗੇ ਤਾਂ 50 ਰੁਪੀਸ ਹੋਰ ਲੈਸ ਹੋ ਜਾਣਗੇ, 50 ਰੁਪਏ ਹੋਰ ਡਿਸਕਾਊਂਟ ਹੋ ਜਾਣਗੇ। ਲਓ ਜੀ, ਪਹਿਲੇ ਸੂਟ ਤਾਂ ਕੋਟਨ ਦੇ ਰਹਿਣਗੇ ਸਾਰੇ ਸੂਟ ਟੋਟਲੀ, ਕੋਈ ਵੀ ਸੂਟ ਇਸ ਤਰ੍ਹਾਂ ਦਾ ਨਹੀਂ ਹੋਊਗਾ ਜਿਹਦੇ ਵਿੱਚ ਕੋਈ ਮਿਕਸ ਹੋਊਗਾ। ਸਾਰੇ ਸੂਟ ਆ ਜਿਹੜੇ ਉਹ ਰਹਿਣਗੇ ਬਿਲਕੁਲ ਪਿਓਰ ਕੋਟਨ ਦੇ, ਬਿਲਕੁਲ ਪਿਓਰ ਕੋਟਨ ਦਾ ਸੂਟ ਹੈ। ਉੱਪਰ ਲੱਗੀ ਹੋਈ ਹੈ ਪੱਟੀ ਐਡਜਸਟੇਬਲ ਹੈ, ਜਿੱਥੇ ਮਰਜ਼ੀ ਤੁਸੀਂ ਅੱਗੇ ਪਿੱਛੇ ਕਰ ਸਕਦੇ ਹੋ। ਕਾਫੀ ਸੋਹਣੀ ਪੱਟੀ ਲੱਗੀ ਹੋਈ ਹੈ, ਨੀਚੇ ਵੀ ਇਸ ਤਰ੍ਹਾਂ ਘੇਰੇ 'ਤੇ ਬਾਰਡਰ ਬਣਿਆ ਹੋਇਆ ਅਤੇ ਇੱਕ ਪੈਚ ਲੱਗਿਆ ਹੋਇਆ ਵਰਕ ਦਾ, ਬਹੁਤ ਸੋਹਣਾ ਜਿਹਾ ਸੂਟ ਹੈ। ਅਤੇ ਬੈਕ ਸਾਈਡ 'ਤੇ ਇਹ ਵਾਲਾ ਬਾਰਡਰ ਆਊਗਾ, ਵਰਕ ਨਹੀਂ ਆਊਗਾ। ਅਤੇ ਬਾਜੂ 'ਤੇ ਵੀ ਇਸ ਤਰ੍ਹਾਂ ਦਾ ਬਾਰਡਰ ਆਊਗਾ, ਠੀਕ ਹੈ ਜੀ। ਅਤੇ ਇਹਦੇ ਨਾਲ ਹੈਗੀ ਹੈ ਪਲੇਨ ਕਲਰ ਦੀ ਇਹ ਵਾਲੀ ਸਲਵਾਰ, ਵਾਈਨ ਜਿਹਾ ਸ਼ੇਡ ਹੈ ਹਲਕਾ ਜਿਹਾ ਵਾਈਨ। ਅਤੇ ਇਹ ਰਹੂਗਾ ਜੀ ਮਲ ਕੋਟਨ ਦਾ ਦੁਪੱਟਾ, ਮਲ ਕੋਟਨ ਹੁੰਦੀ ਹੈ ਜਿਹੜੀ ਬਹੁਤ ਪਤਲੀ ਪਤਲੀ ਵਾਲੀ ਹਲਕਾ ਹਲਕਾ ਦੁਪੱਟਾ ਹੁੰਦਾ, ਉਹ ਵਾਲੀ ਕੋਟਨ ਮਿਲੂਗੀ। ਅਤੇ ਬਹੁਤ ਐਨ ਖੁੱਲ੍ਹਾ ਚੌੜਾ ਵਧੀਆ ਦੁਪੱਟਾ ਮਿਲੂਗਾ, ਚੜ੍ਹਾਈ ਦੇਖੋ ਦੁਪੱਟੇ ਨੂੰ ਕਿੰਨੀ, ਬਹੁਤ ਸੋਹਣਾ ਦੁਪੱਟਾ ਹੈ। ਅਤੇ ਕੋਈ ਵੀ ਸੂਟ ਚੱਕੋਗੇ ਪ੍ਰਾਈਸ ਰਹੂਗੀ 1250, ਠੀਕ ਹੈ ਜੀ। ਅਤੇ ਅਗਲਾ ਸੂਟ ਹੈ ਜਿਹੜਾ, ਇਹ ਵੀ ਬਿਲਕੁਲ ਸੇਮ ਰਹੂਗਾ, ਇਹਦੇ ਨਾਲ ਦਾ ਸਾਰਾ ਖੁੱਲ੍ਹਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ। ਕਲਰ ਤੁਸੀਂ ਦੇਖ ਸਕਦੇ ਹੋ, ਡਿਜ਼ਾਇਨਿੰਗ ਤੁਸੀਂ ਦੇਖ ਸਕਦੇ ਹੋ। ਅਤੇ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਦੁਪੱਟਾ, ਠੀਕ ਹੈ ਜੀ। ਅਤੇ ਪ੍ਰਾਈਸ ਰਹੂਗੀ 1250। ਅਗਲਾ ਸੂਟ ਬਿਲਕੁਲ ਸੇਮ ਰਹੂਗਾ, ਉੱਦਾਂ ਹੀ ਆਹ ਪੱਟੀ ਲੱਗੀ ਹੋਈ ਹੈ ਨੈਕ 'ਤੇ, ਠੀਕ ਹੈ। ਪਲੇਨ ਸਲਵਾਰ ਰਹੂਗੀ ਅਤੇ ਉੱਦਾਂ ਹੀ ਇਹਦੇ ਪੈਚ ਵਰਕ ਹੋਇਆ ਹੋਇਆ ਔਰ ਬਾਰਡਰ ਬਣਿਆ ਹੋਇਆ। ਅਤੇ ਇਹ ਰਹੂਗਾ ਜੀ ਇਹਦੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ, ਦੁਪੱਟੇ ਖੋਲ੍ਹ ਕੇ ਦਿਖਾ ਦਿਓ, ਸੋਹਣਾ। ਲਓ ਜੀ ਆਪਾਂ ਦੁਪੱਟੇ ਖੋਲ੍ਹ ਕੇ ਦਿਖਾ ਦਿੰਦੇ ਹਾਂ, ਆਪਣਾ ਕੈਮਰਾਮੈਨ ਕਹਿੰਦਾ ਦੁਪੱਟੇ ਬਹੁਤ ਸੋਹਣੇ ਖੋਲ੍ਹ ਕੇ ਦਿਖਾਓ। ਲਓ ਜੀ ਦੁਪੱਟੇ ਬਹੁਤ ਪਿਆਰੇ ਨੇ ਅਤੇ ਪ੍ਰਾਈਸ 1250। ਕਿਸੇ ਆਪਦੀ ਹੋਰ ਸਹੇਲੀ ਨੂੰ ਲਾ ਲਿਆ ਕਰੋ ਨਾਲ, 50 ਰੁਪਈਆਂ ਦਾ ਹੋਰ ਫਾਇਦਾ ਹੋ ਜਾਂਦਾ ਹੈ ਨਾ। ਲਓ ਇਹ ਪੈਚ ਵਰਕ ਹੈ ਅਤੇ ਇਹ ਵਾਲਾ ਨੈਕ 'ਤੇ ਪੱਟੀ ਵਰਕ ਵਾਲੀ ਪੱਟੀ ਲੱਗੀ ਹੋਈ ਹੈ। ਇਹ ਰਹੂਗੀ ਇਹਦੇ ਨਾਲ ਸਲਵਾਰ, 2.5 ਮੀਟਰ ਦੇ ਪੀਸ ਰਹਿਣਗੇ। ਅਤੇ ਇਹ ਹੈ ਜੀ ਇਹਦਾ ਦੁਪੱਟਾ, ਦੁਪੱਟਾ ਬਹੁਤ ਜ਼ਿਆਦਾ ਸੋਹਣਾ ਮਿਲੂਗਾ, ਠੀਕ ਹੈ ਜੀ। ਪ੍ਰਾਈਸ 1250। ਅਗਲਾ ਸੂਟ ਬਿਲਕੁਲ ਪਿਓਰ ਕੋਟਨ, ਬਹੁਤ ਪਿਆਰੇ ਜੀ ਸੂਟ, ਬਹੁਤ ਸੋਹਣਾ ਸੂਟ ਹੈ। ਨੀਚੇ ਬਾਰਡਰ ਬਣਿਆ ਔਰ ਹੈਂਡ ਵਰਕ ਹੋਇਆ ਹੋਇਆ ਉੱਪਰ, ਜਿਹੜੇ ਫਲਾਵਰ ਨੇ ਸਾਰੇ ਆਊਟਲਾਈਨ ਦਿੱਤੀ ਹੋਈ ਹੈ ਵਰਕ ਨਾਲ, ਅਤੇ ਸਿੱਪੀ ਵਰਕ ਵੀ ਦਿੱਤਾ ਹੋਇਆ ਨਾਲ। ਅਤੇ ਕੋਟਨ ਬਹੁਤ ਜ਼ਿਆਦਾ ਸੋਹਣੀ ਆ, ਇਹ ਬਾਰਡਰ ਹੋਊਗਾ ਬਾਜੂ 'ਤੇ ਅਤੇ ਨੀਚੇ ਲੱਗਿਆ ਹੋਇਆ ਇਸ ਤਰ੍ਹਾਂ ਗੋਲਡਨ ਜੀ ਕਲਰ ਦੀ ਪਾਈਪਿੰਗ ਲੱਗੀ ਹੈ, ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਘੇਰੇ 'ਤੇ। ਅਤੇ ਇਹ ਬੈਕ ਸਾਈਡ ਰਹੂਗੀ, ਸੇਮ ਹੀ ਰਹੂਗਾ ਪ੍ਰਿੰਟ ਇਹਦਾ, ਜਿਸ ਤਰ੍ਹਾਂ ਦਾ ਤੁਸੀਂ ਫਰੰਟ ਦਾ ਦੇਖ ਰਹੇ ਹੋ ਪ੍ਰਿੰਟ ਉੱਦਾਂ ਦਾ ਹੀ ਰਹੂਗਾ ਬੈਕ ਸਾਈਡ ਦਾ, ਠੀਕ ਹੈ ਜੀ। ਅਤੇ ਹੁਣ ਮੈਂ ਤੁਹਾਨੂੰ ਇਹਦੀ ਸਲਵਾਰ ਦਿਖਾ ਦੇਣੀ ਆ, ਇਹ ਹੈਗੀ ਹੈ ਜੀ ਇਹਦੀ ਸਲਵਾਰ ਅਤੇ ਦੁਪੱਟਾ ਇਹ ਵਾਲਾ, ਦੁਪੱਟਾ ਰਹੂਗਾ ਪਿਓਰ ਦਾ ਸ਼ਿਫੋਨ ਦਾ। ਲਓ ਜੀ
ਠੀਕ ਹੈ ਜੀ। ਔਰ ਦੁਪੱਟੇ 225, ਪ੍ਰਾਈਸ 12.5। ਅਗਲਾ ਸੂਟ ਸੇਮ ਹੈ, ਬਿਲਕੁਲ ਸੇਮ ਪ੍ਰਿੰਟ ਹੈ ਜਿਸ ਤਰ੍ਹਾਂ ਦਾ ਤੁਸੀਂ ਹੁਣ ਦੇਖ ਚੁੱਕੇ ਹੋ। ਔਰ ਮਹਿੰਦੀ ਜਿਹਾ ਸ਼ੇਡ ਲੱਗ ਰਿਹਾ ਮੈਨੂੰ, ਇਹ ਥੋੜ੍ਹਾ ਜਿਹਾ ਮਹਿੰਦੀ ਜਿਹਾ ਟੱਚ ਹੈ ਇਹਦੇ ਵਿੱਚ, ਉਸੇ ਤਰ੍ਹਾਂ ਦਾ ਹੀ ਇਹਦਾ ਫਲਾਵਰ ਬਣਿਆ ਹੋਇਆ। ਘੇਰੇ 'ਤੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ, ਮੈਂ ਤਾਂ ਕਰਕੇ ਥੋੜ੍ਹਾ ਜਿਹਾ ਹੁਣ ਘੱਟ ਦਿਖਾ ਰਹੀ ਹਾਂ ਤੁਹਾਨੂੰ। ਕਾਫੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ, ਠੀਕ ਹੈ। ਕਲਰ ਤੁਸੀਂ ਦੇਖ ਹੀ ਲਿਆ, ਇਹ ਸਲਵਾਰ ਹੈ ਇਹਦੇ ਨਾਲ। ਦੁਪੱਟਾ ਖੋਲ ਕੇ ਦਿਖਾ ਦਿੰਦੇ ਹਾਂ ਤੁਹਾਨੂੰ। ਲੈਮਨ ਜਿਹਾ ਸ਼ੇਡ ਵੀ ਕਹਿ ਸਕਦੇ ਆਪਾਂ ਇਹਨੂੰ, ਹੈ ਮਹਿੰਦੀ ਲੈਮਨ ਜਿਹਾ, ਕੁਛ ਮਿਕਸ ਜਿਹਾ ਹੀ ਆ, ਸਮਝ ਜੀ ਨਹੀਂ ਆ ਰਹੀ। ਲਓ ਜੀ, ਠੀਕ ਹੈ, ਪ੍ਰਾਈਸ 12.5 ਸੀ। ਅਗਲਾ ਸੂਟ ਹਲਕਾ ਵਾਈਨ ਸ਼ੇਡ ਹੈ, ਬਹੁਤ ਪਿਆਰਾ ਜਿਹਾ ਕਲਰ ਹੈ, ਹਲਕੀ ਪਈ ਐਨ ਕੋਟਨ ਵਧੀਆ। ਲਓ ਜੀ, ਇਹ ਰਹੂਗਾ ਡਿਜ਼ਾਇਨ ਇਹਦਾ ਸ਼ਰਟ ਦਾ, ਵਿੱਚ ਸੈਲਫ ਪ੍ਰਿੰਟ ਵੀ ਹੈ, ਬਿਲਕੁਲ ਪਲੇਨ ਨਹੀਂ ਹੈਗੀ। ਅਤੇ ਇਹ ਲਓ ਜੀ ਦੁਪੱਟਾ, ਠੀਕ ਹੈ, ਬਹੁਤ ਪਿਆਰੇ ਦੁਪੱਟੇ ਨੇ ਅਤੇ ਬਹੁਤ ਸੋਹਣੇ ਸੂਟ ਨੇ ਅਤੇ ਪ੍ਰਾਈਸ ਵੀ ਬਹੁਤ ਸੋਹਣੀ ਹੈ, 12.5-12.5 ਸੌ। ਇਹ ਸੀ ਆਪਣੀ ਅੱਜ ਦੀ ਕੁਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਕੇ ਦੱਸਦੇ ਰਹੋ ਅਤੇ ਸਾਡੇ ਨਾਲ ਜੁੜੇ ਰਹੋ, ਕਿਉਂਕਿ ਬੈਸਟ ਕਮੈਂਟਰ ਦਾ ਅਵਾਰਡ ਆ ਜਿਹੜਾ ਉਹ ਇੱਕ ਦੋ ਵੀਡੀਓਜ਼ ਦੇ ਵਿੱਚ ਆਪਾਂ ਕੱਢਣ ਵਾਲੇ ਹਾਂ। ਅਤੇ ਫਿਰ ਮਿਲਦੇ ਹਾਂ ਆਪਾਂ ਹੋਰ ਕੋਈ ਸੋਹਣੀ ਜਿਹੀ ਵੀਡੀਓ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।